ਕਿੱਥੇ ਰੱਖ ਲਵਾਂ ਫਸਲੇ ਤੈਨੂੰ ਸਾਂਭ ਕੇ ਮੌਸਮ ਬੇਈਮਾਨ ਹੋ ਗਿਆ। ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀ ਬਹੁਤ ਬੇਰੁਖੀ ਜਿਹੜੀ ਚੱਲ ਰਿਹਾ ਆ, ਪਰ ਅੱਜ ਮੌਸਮ ਜਿਹੜਾ ਆ ਰੱਬ ਵੀ ਕਿਤੇ ਕਿਸਾਨਾਂ ਤੋਂ ਨਾ ਖੁਸ਼ ਲੱਗਦਾ ਆ। ਕਿ ਅੱਜ ਦੀ ਵਰਖਾ ਨਾਲ ਜਿੱਥੇ ਕਣਕ ਦੀ ਫਸਲ ਤਾਂ ਪ੍ਰਭਾਵਿਤ ਹੋਈ ਆ, ਨਾਲੇ ਮੱਕੀ ਦੀ ਤਾਜ਼ੀ ਬਿਜਾਈ ਹੋਈ ਆ, ਉਹ ਵੀ ਨੁਕਸਾਨ ਹੋਊਗਾ। ਅਤੇ ਆਲੂਆਂ ਦੀ ਜਿਹੜਾ ਪਹਿਲਾਂ ਹੀ ਬੇਕਦਰੀ ਸੀਗੀ, ਪਹਿਲਾਂ ਹੀ ਢੇਰੀਆਂ ਦੇ ਵਿੱਚ ਕੋਈ ਪੁੱਛ ਨਹੀਂ ਰਿਹਾ ਸੀ, ਉਹ ਆਲੂ ਵੀ ਜਿਹੜੇ ਅੱਜ ਬਾਰਿਸ਼ ਦੇ ਨਾਲ ਖਰਾਬ ਹੋ ਰਹੇ ਆ। ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੀ ਇਸ ਬੇਮੌਸਮੀ ਬਰਸਾਤ ਦੇ ਕਾਰਨ ਕਿਸਾਨਾਂ ਦੀਆਂ ਚਿੰਤਾ ਕਾਫੀ ਵਧੀਆਂ ਹੋ ਨਜ਼ਰ ਆ ਰਹੀਆਂ, ਕਿਉਂਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਣਕ ਦੀ ਤਕਰੀਬਨ ਪੱਕਣ ਨਜ਼ਦੀਕੀ ਕਣਕ ਦੀ ਫਸਲ ਜਿਹੜੀ ਹੈਗੀ ਆ ਕੁਝ ਦਿਨਾਂ ਤੱਕ ਜਿਸਦੀ ਅਗਲੇ ਮਹੀਨੇ 14 ਤੋਂ 15 ਤਰੀਕ ਦੇ ਵਿੱਚ ਦੁਆਬੇ ਦੇ ਵਿੱਚ ਇਸਦੀ ਕਟਾਈ ਹੋਣੀ ਸੀਗੀ, ਪਰ ਇਸ ਵਾਰ ਜਿਹੜੀ ਇਹ ਕਣਕ ਦੀ ਫਸਲ ਜੋ ਕਿ ਗੜੇਮਾਰੀ ਔਰ ਬੇਮੌਸਮੀ ਬਰਸਾਤ ਦੇ ਕਾਰਨ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਹਨੇਰੀ ਝੱਖੜ ਦੇ ਕਾਰਨ ਇਹ ਪੂਰੀ ਖੇਤਾਂ 'ਤੇ ਵੀ ਵਿਛ ਗਈ ਹੈ, ਜਿਸ ਦੇ ਨਾਲ ਇਸਦਾ ਝਾੜ 'ਤੇ ਵੀ ਕਾਫੀ ਵੱਡਾ ਅਸਰ ਜਿਹੜਾ ਦੇਖਣ ਨੂੰ ਮਿਲੇਗਾ। ਔਰ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ 2-3 ਦਿਨ ਪਹਿਲਾਂ ਵੀ ਜਿਹੜੀ ਬਾਰਿਸ਼ ਪਈ ਹੈਗੀ, ਜਿਸ ਨੇ ਕਿ ਕਿਸਾਨਾਂ ਦੀਆਂ ਚਿੰਤਾ ਵਧਾ ਕੇ ਰੱਖ ਦਿੱਤੀਆਂ ਸੀ, ਕਿਉਂਕਿ ਹੁਣ ਆਏ ਦਿਨ ਲਗਾਤਾਰ ਜਿੱਥੇ ਪਿਛਲੇ ਕੁਝ ਦਿਨ ਪਹਿਲਾਂ ਜਿੱਥੇ ਇਸ ਤੇਜ਼ ਧੁੱਪ ਦੇ ਨਾਲ ਜਿਹੜਾ ਹੈਗਾ ਇਸਦੇ ਝਾੜ 'ਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀ, ਉਸ ਤੋਂ ਬਾਅਦ ਮੌਸਮ ਇੱਕਦਮ ਬਦਲਿਆ ਔਰ ਮੌਸਮ ਦੇ ਬਦਲ ਦੇ ਨਾਲ ਜਿੱਥੇ ਕਿ ਬਾਰਿਸ਼ ਸ਼ੁਰੂ ਹੋ ਗਈ, ਬਾਰਿਸ਼ ਸ਼ੁਰੂ ਹੋਣ ਦੇ ਨਾਲ ਜਿਹੜਾ ਹੈਗਾ ਕਣਕ ਦਾ ਹਨੇਰੀ ਝੱਖੜ ਚੱਲਿਆ, ਜਿਸ ਦੇ ਨਾਲ ਕਣਕ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਵਿਛ ਗਈ ਹੈਗੀ, ਜਿਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਤਸਵੀਰਾਂ ਵੀ ਦੇਖੀਆਂ ਹੈਗੀਆਂ ਕਿ ਕਣਕ ਪੂਰੀ ਖੇਤਾਂ ਦੇ ਵਿੱਚ ਵਿਛੀ ਹੋਈ ਨਜ਼ਰ ਆ ਰਹੀ ਹੈ, ਜਿੱਥੇ ਕਿਸਾਨਾਂ ਨੇ ਵੀ ਸਰਕਾਰ ਤੋਂ ਜਿਹੜਾ ਹੈਗਾ ਬਣਦਾ ਮੁਆਵਜ਼ੇ ਦੀ ਮੰਗ ਕੀਤੀ ਗਈ ਹੈਗੀ ਹੈ। ਪਰ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਫਿਰ ਦੁਬਾਰਾ ਬਾਰਿਸ਼ ਦੇ ਸੰਭਾਵਨਾ ਕੁਝ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਗਈ ਹੈ। ਸੋ ਉੱਥੇ ਹੀ ਕਿਸਾਨ ਜਿਹੜੇ ਹੈਗੇ ਨੇ ਕਾਫੀ ਚਿੰਤਾ ਦੇ ਨਜ਼ਰ ਆ ਰਹੇ ਆ, ਸਰਕਾਰ ਤੋਂ ਅਪੀਲ ਜ਼ਰੂਰ ਕਰਦੇ ਨੇ ਕਿ ਸਰਕਾਰ ਜਿਹੜੀ ਹੈਗੀ ਆ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਖਰਾਬ ਹੋਈ ਫਸਲ ਦਾ ਜ਼ਰੂਰ ਦੇਵੇ। ਕਿੱਥੇ ਰੱਖ ਲਵਾਂ ਫਸਲੇ ਤੈਨੂੰ ਸਾਂਭ ਕੇ ਮੌਸਮ ਬੇਈਮਾਨ ਹੋ ਗਿਆ। ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀ ਬਹੁਤ ਬੇਰੁਖੀ ਜਿਹੜੀ ਚੱਲ ਰਿਹਾ ਆ, ਪਰ ਅੱਜ ਮੌਸਮ ਜਿਹੜਾ ਆ ਰੱਬ ਵੀ ਕਿਤੇ ਕਿਸਾਨਾਂ ਤੋਂ ਨਾ ਖੁਸ਼ ਲੱਗਦਾ ਆ। ਜਿਹੜੀ ਪਿਛਲੇ ਦਿਨੀ ਮੌਸਮ ਨੇ ਵਰਖਾ ਕੀਤੀ ਸੀ ਉਦੋਂ ਹੀ ਕਿਸਾਨਾਂ ਦਾ ਬਹੁਤ ਕਣਕਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਗਿਆ, ਪਰ ਅੱਜ ਦੁਬਾਰਾ ਜਿਹੜੀ ਆ ਬਾਰਿਸ਼ ਸਵੇਰ ਦੀ ਲਗਾਤਾਰ ਜਾਰੀ ਆ, ਅਤੇ ਮੌਸਮ ਵਿਭਾਗ ਵੱਲੋਂ ਜਿਹੜੀ ਬਾਰਿਸ਼ ਹੈ ਵੀ ਕਾਫੀ ਵੱਡੇ ਪੈਮਾਨੇ 'ਤੇ ਅੱਜ ਦਾ ਦਿਨ ਹੋਊਗੀ, ਜਿਹਦੇ ਨਾਲ ਫਸਲਾਂ ਦੇ ਜਿਹੜਾ ਆਉਣ ਦਾ ਨੁਕਸਾਨ ਹੋਰ ਵੀ ਵੱਧ ਹੋਵੇਗਾ। ਸੋ ਜਿੱਥੇ ਪੰਜਾਬ ਦੇ ਸੀ ਐੱਮ ਸਾਹਿਬ ਨੇ ਪਹਿਲਾਂ ਹੀ ਗਿਰਦਾਵਰੀਆਂ ਦੇ ਹੁਕਮ ਤਾਂ ਦੇ ਦਿੱਤੇ, ਪਰ ਅਜੇ ਤੱਕ ਉਹ ਕਿਤੇ ਸ਼ੁਰੂ ਤਾਂ ਨਹੀਂ ਹੋਈਆਂ। ਸੋ ਮੈਂ ਸਰਕਾਰਾਂ ਨੂੰ ਚਾਹੁੰਦਾ ਹਾਂ ਵੀ ਬੇਨਤੀ ਕਰਨਾ ਚਾਹੁੰਦਾ ਵੀ ਇੱਧਰ ਧਿਆਨ ਦੇਣ, ਅੱਜ ਦੇ ਮੌਸਮ ਨਾਲ ਹੋਰ ਨੁਕਸਾਨ ਹੋਣ ਦੇ ਖਸ਼ਦੇ ਆ ਅਤੇ ਕਿਸਾਨਾਂ ਦਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋਊਗਾ, ਤਾਂ ਇਹਨਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਵਿਸ਼ੇਸ਼ ਗਿਰਦਾਵਰੀਆਂ ਕੀਤੀਆਂ ਜਾਣ, ਕਿਉਂਕਿ ਅੱਜ ਦੀ ਵਰਖਾ ਨਾਲ ਜਿੱਥੇ ਕਣਕ ਦੀ ਫਸਲ ਤਾਂ ਪ੍ਰਭਾਵਿਤ ਹੋਈ ਆ, ਨਾਲੇ ਮੱਕੀ ਦੀ ਤਾਜ਼ੀ ਬਿਜਾਈ ਹੋਈ ਆ, ਉਹ ਵੀ ਨੁਕਸਾਨ ਹੋਊਗਾ। ਅਤੇ ਆਲੂਆਂ ਦੀ ਜਿਹੜਾ ਪਹਿਲਾਂ ਹੀ ਬੇਕਦਰੀ ਸੀਗੀ, ਪਹਿਲਾਂ ਹੀ ਢੇਰੀਆਂ ਦੇ ਵਿੱਚ ਕੋਈ ਪੁੱਛ ਨਹੀਂ ਰਿਹਾ ਸੀ, ਉਹ ਆਲੂ ਵੀ ਜਿਹੜੇ ਅੱਜ ਬਾਰਿਸ਼ ਦੇ ਨਾਲ ਖਰਾਬ ਹੋ ਰਹੇ ਆ। ਸੋ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਤੁਰੰਤ ਜਿਹੜਾ ਇਹਨਾਂ ਫਸਲਾਂ ਨੂੰ ਧਿਆਨ ਦੇ ਕੇ ਕਿਸਾਨਾਂ ਨੂੰ ਮੁਆਵਜ਼ੇ ਦਾ ਜਿਹੜਾ ਆ ਬੰਦੋਬਸਤ ਕੀਤਾ ਜਾਵੇ। ਧੰਨਵਾਦ ਜੀ। ਇਹ ਖਰਾਬੀ ਕਾਰਨ ਜੋ ਕਿਸਾਨਾਂ ਨੂੰ ਮੀਂਹ ਦੇ ਕਾਰਨ ਜਿਹੜੀ ਕਣਕ ਪੱਕੀ ਫਸਲ ਹੋਣ ਦੇ ਕਾਰਨ ਡਿੱਗ ਪਈ, ਜਿਹਦੇ ਕਾਰਨ ਝਾੜ ਘਟਣ ਦੀ ਘਟਨਾ ਯਕੀਨੀ ਹੈ, ਅਤੇ ਅਸੀਂ ਸਮਝਦੇ ਹਾਂ ਵੀ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਜਿੰਨੀ ਛੇਤੀ ਤੋਂ ਛੇਤੀ ਇਹਦੀ ਗਿਰਦਾਵਰੀ ਕਰਾਉਣੀ ਚਾਹੀਦੀ ਆ, ਤਾਂ ਜੋ ਜਿਨ੍ਹਾਂ ਦਾ ਨੁਕਸਾਨ ਹੋਇਆ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਦਿੱਤਾ ਜਾ ਸਕੇ। ਕਰਕੇ ਹੋਰ ਜ਼ੋਰ ਆ ਕਿ ਕਿਸਾਨੀ ਪਹਿਲਾਂ ਹੀ ਬਹੁਤ ਘਾਟੇ 'ਚ ਆ, ਉੱਤੋਂ ਮੌਸਮੀ ਖਰਾਬੀ ਕਾਰਨ ਜੋ ਨੁਕਸਾਨ ਹੋਇਆ ਉਹਦਾ ਜੋ ਫਸਲਾਂ ਦੀ ਗਰੰਟੀ ਦੇਣ ਲਈ ਸਰਕਾਰ ਨੇ ਕਿਹਾ ਸੀ, ਇਹ ਵੀ ਚੀਜ਼ਾਂ ਉਹਦੇ ਅਧੀਨ ਹੀ ਆਉਂਦੀਆਂ ਵੀ ਜੇ ਫਸਲ ਖਰਾਬ ਹੁੰਦੀ ਆ ਤਾਂ ਸਰਕਾਰ ਦਾਣੇ ਦਾਣੇ ਦਾ ਪੈਸਾ ਲੋਕਾਂ ਨੂੰ। ਸਤਿ ਸ਼੍ਰੀ ਅਕਾਲ।